ਪਾਠ ਨੰਬਰ 11 ਸਾਡਾ ਆਵਾਸ। ਬੱਚੋ, ਆਵਾਸ ਦਾ ਮਤਲਬ ਹੁੰਦਾ ਹੈ ਰਹਿਣ ਸਥਾਨ। ਬੱਚੋ, ਹਰ ਮਨੁੱਖ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਹੁੰਦੀ ਹੈ ਜੋ ਕਿ ਉਹ ਮੌਸਮ ਅਤੇ ਲੋੜਾਂ ਦੇ ਹਿਸਾਬ ਨਾਲ ਤਿਆਰ ਕਰਦਾ ਹੈ। ਇਸ ਪਾਠ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਆਵਾਸ ਸਥਾਨਾਂ ਬਾਰੇ ਹੀ ਪੜ੍ਹਾਂਗੇ। ਅੱਜ ਖੇਡ ਖੇਡ ਵਿੱਚ ਸਾਡੀ ਜਮਾਤ ਦੇ ਬੱਚੇ ਮਿੱਟੀ ਦੇ ਘਰ ਬਣਾ ਕੇ ਖੁਸ਼ ਹੋ ਰਹੇ ਸਨ। ਉਹਨਾਂ ਦੇ ਕੋਲ ਖੜ੍ਹੇ ਅਧਿਆਪਕ ਨੇ ਉਹਨਾਂ ਨੂੰ ਪੁੱਛਿਆ, ਸਾਨੂੰ ਘਰ ਬਣਾਉਣ ਦੀ ਲੋੜ ਕਿਉਂ ਪੈਂਦੀ ਹੈ? ਇਹ ਸੁਣ ਕੇ ਕਿਰਨ ਨੇ ਉੱਚੀ ਆਵਾਜ਼ ਵਿੱਚ ਕਿਹਾ, ਰਹਿਣ ਲਈ। ਸਾਰੇ ਬੱਚਿਆਂ ਨੇ ਉੱਤਰ ਸੁਣ ਕੇ ਤਾੜੀਆਂ ਮਾਰੀਆਂ। ਅਧਿਆਪਕ, ਬੇਟਾ, ਘਰ ਸਾਨੂੰ ਰਹਿਣ ਦੇ ਨਾਲ ਨਾਲ ਗਰਮੀ, ਸਰਦੀ, ਮੀਂਹ, ਹਨੇਰੀ ਅਤੇ ਜੰਗਲੀ ਜਾਨਵਰਾਂ ਤੋਂ ਵੀ ਬਚਾਉਂਦੇ ਹਨ। ਘਰ ਵਿੱਚ ਅਸੀਂ ਆਪਣੇ ਪਰਿਵਾਰ ਨਾਲ ਰਲ ਮਿਲ ਕੇ ਇਕੱਠੇ ਰਹਿੰਦੇ ਹਾਂ। ਇਕੱਠੇ ਰਹਿਣ ਨਾਲ ਅਸੀਂ ਕਿਸੇ ਵੀ ਮੁਸ਼ਕਲ ਨੂੰ ਹੱਲ ਕਰ ਸਕਦੇ ਹਾਂ। ਰਿੰਕੂ, ਸਰ ਜੀ, ਜਦੋਂ ਘਰ ਨਹੀਂ ਸੀ ਹੁੰਦੇ ਤਾਂ ਉਦੋਂ ਲੋਕ ਕਿੱਥੇ ਰਹਿੰਦੇ ਸਨ? ਅਧਿਆਪਕ, ਬੇਟਾ, ਸ਼ੁਰੂ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਫਿਰ ਮੀਂਹ, ਹਨੇਰੀ, ਗਰਮੀ, ਸਰਦੀ ਅਤੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਗੁਫਾਵਾਂ ਵਿੱਚ ਰਹਿਣ ਲੱਗ ਪਿਆ। ਹੌਲੀ ਹੌਲੀ ਉਹ ਘਰ ਬਣਾ ਕੇ ਰਹਿਣ ਲੱਗਾ। ਕਰਮਨ, ਮੈਡਮ ਜੀ, ਸੰਦੀਪ ਦੇ ਘਰ ਨੂੰ ਤਾਂ ਹਨੇਰੀ ਅਤੇ ਮੀਂਹ ਨੇ ਹੀ ਢਾਇਆ ਸੀ। ਅਧਿਆਪਕ, ਸੰਦੀਪ ਦਾ ਘਰ ਕੱਚਾ ਸੀ ਜਿਸ ਕਾਰਨ ਹਨੇਰੀ ਅਤੇ ਮੀਂਹ ਨੇ ਉਸ ਨੂੰ ਢਾ ਦਿੱਤਾ। ਬੱਚਿਓ, ਘਰ ਕਈ ਕਿਸਮਾਂ ਦੇ ਹੁੰਦੇ ਹਨ, ਕੱਚਾ ਘਰ, ਪੱਕਾ ਘਰ ਅਤੇ ਅਸਥਾਈ ਘਰ। ਕੱਚਾ ਘਰ, ਇਹ ਲੱਕੜ, ਗਾਰਾ, ਘਾਹ, ਫੂਸ ਆਦਿ ਤੋਂ ਬਣਾਇਆ ਜਾਂਦਾ ਹੈ। ਕੱਚੇ ਘਰ ਠੰਡੇ ਅਤੇ ਹਵਾਦਾਰ ਹੁੰਦੇ ਹਨ। ਘਰ ਦੀਆਂ ਔਰਤਾਂ ਉਹਨਾਂ ਨੂੰ ਮਿੱਟੀ ਨਾਲ ਲਿਪ ਪੋਚ ਕੇ ਸੋਹਣਾ ਬਣਾ ਕੇ ਰੱਖਦੀਆਂ ਹਨ। ਬੱਚੋ, ਰਾਜਸਥਾਨ ਵਿੱਚ ਬਹੁਤ ਸਾਰੇ ਘਰ ਕੱਚੇ ਦੇਖਣ ਨੂੰ ਮਿਲਦੇ ਹਨ। ਪੱਕਾ ਘਰ, ਇਹ ਇੱਟਾਂ, ਸੀਮਿੰਟ, ਪੱਥਰ ਅਤੇ ਲੋਹੇ ਤੋਂ ਬਣਦਾ ਹੈ। ਇਸ ਵਿੱਚ ਖਿੜਕੀਆਂ, ਦਰਵਾਜ਼ੇ ਅਤੇ ਰੋਸ਼ਨਦਾਨ ਬਣੇ ਹੁੰਦੇ ਹਨ। ਕੱਚਾ ਘਰ, ਪੱਕਾ ਘਰ। ਪ੍ਰਸ਼ਨ ਨੰਬਰ 1, ਘਰ ਕਿਸ ਕੰਮ ਆਉਂਦਾ ਹੈ? ਘਰ ਰਹਿਣ ਦੇ ਕੰਮ ਆਉਂਦਾ ਹੈ। ਇਸ ਤੋਂ ਇਲਾਵਾ ਇਹ ਸਾਨੂੰ ਗਰਮੀ, ਸਰਦੀ, ਮੀਂਹ, ਹਨੇਰੀ ਅਤੇ ਜੰਗਲੀ ਜਾਨਵਰਾਂ ਤੋਂ ਵੀ ਬਚਾਉਂਦਾ ਹੈ। ਅਸਥਾਈ ਘਰ, ਇਹ ਕੱਪੜੇ, ਬਾਂਸ ਅਤੇ ਲੱਕੜ ਦੇ ਬਣੇ ਹੁੰਦੇ ਹਨ। ਇਹ ਟੈਂਟ, ਕਾਰਵਾਂ ਅਤੇ ਹਾਊਸ ਬੋਟ ਦੇ ਰੂਪ ਵਿੱਚ ਵੀ ਹੋ ਸਕਦੇ ਹਨ। ਗੱਡੀਆਂ ਵਾਲਿਆਂ ਦਾ ਘਰ ਕਾਰਵਾਂ ਰੂਪੀ ਹੁੰਦਾ ਹੈ। ਹਾਊਸ ਬੋਟ ਇੱਕ ਕਿਸ਼ਤੀ ਰੂਪੀ ਘਰ ਹੈ ਜੋ ਪਾਣੀ ਤੇ ਤੈਰਦਾ ਹੈ। ਦੇਸ਼ ਦੇ ਸਿਪਾਹੀ ਕੈਂਪਾਂ ਵਿੱਚ ਟੈਂਟ ਦੇ ਘਰ ਬਣਾ ਕੇ ਰਹਿੰਦੇ ਹਨ। ਹਾਊਸ ਬੋਟ, ਕਾਰਵਾਂ, ਟੈਂਟ, ਢਲਾਣਦਾਰ ਛੱਤਾਂ ਵਾਲੇ ਘਰ। ਪ੍ਰੀਤ, ਸਰ, ਕੱਲ੍ਹ ਟੀਵੀ 'ਤੇ ਇੱਕ ਪ੍ਰੋਗਰਾਮ ਵਿੱਚ ਟੇਢੀਆਂ ਛੱਤਾਂ ਵਾਲੇ ਘਰ ਵੀ ਦਿਖਾਏ ਗਏ ਸੀ, ਸਾਡੇ ਘਰ ਇਹੋ ਜਿਹੇ ਕਿਉਂ ਨਹੀਂ ਹੁੰਦੇ? ਅਧਿਆਪਕ, ਬੇਟਾ, ਟੇਢੀਆਂ ਜਾਂ ਢਲਾਣਦਾਰ ਛੱਤਾਂ ਵਾਲੇ ਘਰ ਪਹਾੜੀ ਖੇਤਰਾਂ ਵਿੱਚ ਹੀ ਹੁੰਦੇ ਹਨ। ਇਹਨਾਂ ਖੇਤਰਾਂ ਵਿੱਚ ਬਰਫ਼ ਬਹੁਤ ਪੈਂਦੀ ਹੈ,
ਢਲਾਣਦਾਰ ਛੱਤਾਂ ਖੂਨ ਕਾਰਨ ਬਰਫ਼ ਛੱਤ 'ਤੇ ਜਮ੍ਹਾਂ ਨਹੀਂ ਹੁੰਦੀ, ਇਹ ਜਲਦੀ ਹੇਠਾਂ ਤਿਲਕ ਜਾਂਦੀ ਹੈ। ਕਿਉਂ ਜੋ ਅਸੀਂ ਮੈਦਾਨੀ ਇਲਾਕੇ ਵਿੱਚ ਰਹਿੰਦੇ ਹਾਂ, ਇੱਥੇ ਬਰਫ਼ ਵੀ ਨਹੀਂ ਪੈਂਦੀ, ਇੱਥੇ ਸਿਰਫ ਮੀਂਹ ਪੈਂਦਾ ਹੈ। ਇਸ ਲਈ ਸਾਡੇ ਘਰਾਂ ਦੀਆਂ ਛੱਤਾਂ ਢਲਾਣਦਾਰ ਨਾ ਹੋ ਕੇ ਸਿੱਧੀਆਂ ਹੁੰਦੀਆਂ ਹਨ। ਕਿਰਿਆ ਨੰਬਰ 1, ਵੱਖ ਵੱਖ ਕਿਸਮਾਂ ਦੇ ਘਰ ਦੀਆਂ ਤਸਵੀਰਾਂ ਇਕੱਤਰ ਕਰਕੇ ਚਾਰਟ ਉੱਤੇ ਚਿਪਕਾਓ। ਪ੍ਰਸ਼ਨ ਨੰਬਰ 2, ਅਸਥਾਈ ਘਰ ਕਿੰਨਾਂ ਚੀਜ਼ਾਂ ਤੋਂ ਬਣੇ ਹੁੰਦੇ ਹਨ? ਅਸਥਾਈ ਘਰ ਕੱਪੜੇ, ਬਾਂਸ ਅਤੇ ਲੱਕੜ ਦੇ ਬਣੇ ਹੁੰਦੇ ਹਨ। ਪ੍ਰਸ਼ਨ ਨੰਬਰ 3, ਪਹਾੜਾਂ 'ਤੇ ਕਿਹੋ ਜਿਹੇ ਘਰ ਹੁੰਦੇ ਹਨ? ਪਹਾੜਾਂ ਵਿੱਚ ਢਲਾਣਦਾਰ ਛੱਤਾਂ ਵਾਲੇ ਘਰ ਹੁੰਦੇ ਹਨ। ਕਿਰਿਆ 2, ਆਪਣੇ ਆਪਣੇ ਘਰਾਂ ਦੀਆਂ ਖਿੜਕੀਆਂ, ਦਰਵਾਜ਼ੇ ਅਤੇ ਰੋਸ਼ਨਦਾਨਾਂ ਦੀ ਗਿਣਤੀ ਨੋਟ ਕਰਕੇ ਕਾਪੀ 'ਤੇ ਲਿਖੋ। ਬੱਚਿਓ, ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਸਾਫ਼ ਸੁਥਰਾ ਘਰ ਸੋਹਣਾ ਲੱਗਦਾ ਹੈ, ਇਸ ਲਈ ਜ਼ਰੂਰੀ ਹੈ ਕਿ ਘਰ ਦੀ ਹਰ ਇੱਕ ਚੀਜ਼ ਸਹੀ ਜਗ੍ਹਾ 'ਤੇ ਟਿਕਾ ਕੇ ਰੱਖੋ। ਕੂੜਾ ਕਰਕਟ ਸੁੱਟਣ ਲਈ ਕੂੜੇਦਾਨ ਦੀ ਵਰਤੋਂ ਕਰੋ। ਘਰ ਨੂੰ ਸਜਾਉਣ ਲਈ ਤਸਵੀਰਾਂ, ਫੁੱਲ ਪੱਤੀਆਂ ਅਤੇ ਲੜੀਆਂ ਆਦਿ ਦੀ ਵਰਤੋਂ ਕਰ ਸਕਦੇ ਹਾਂ। ਤਿਉਹਾਰਾਂ ਅਤੇ ਖਾਸ ਮੌਕਿਆਂ 'ਤੇ ਗੁਬਾਰਿਆਂ ਅਤੇ ਫੁੱਲਾਂ ਨਾਲ ਵੀ ਘਰ ਸਜਾ ਸਕਦੇ ਹਾਂ। ਫਰਸ਼ 'ਤੇ ਵੱਖ ਵੱਖ ਰੰਗਾਂ ਨਾਲ ਡਿਜ਼ਾਈਨ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਦੇ ਡਿਜ਼ਾਈਨ ਨੂੰ ਰੰਗੋਲੀ ਆਖਦੇ ਹਨ। ਬੱਚਿਓ, ਅਸੀਂ ਆਪਣੇ ਘਰਾਂ ਨੂੰ ਕਿਸੇ ਦੇ ਜਨਮਦਿਨ ਸਮੇਂ, ਕੋਈ ਖਾਸ ਖੁਸ਼ੀ ਦੇ ਸਮਾਗਮ 'ਤੇ ਸਜਾਉਂਦੇ ਹਾਂ। ਵੱਖ ਵੱਖ ਤਰ੍ਹਾਂ ਦੀ ਸਜਾਵਟ ਤੁਸੀਂ ਦੇਖ ਸਕਦੇ ਹੋ। ਲਵਲੀ ਅਧਿਆਪਕ ਜੀ, ਮੇਰੇ ਮੰਮੀ ਸਵੇਰੇ ਸਵੇਰੇ ਉੱਠ ਕੇ ਘਰ ਨੂੰ ਝਾੜੂ ਅਤੇ ਪੋਚਾ ਲਗਾ ਕੇ ਸਾਫ਼ ਕਰਦੇ ਹਨ। ਮੇਰੇ ਪਿਤਾ ਜੀ ਵੀ ਉਹਨਾਂ ਦੀ ਇਸ ਕੰਮ ਵਿੱਚ ਮਦਦ ਕਰਦੇ ਹਨ। ਐਤਵਾਰ ਨੂੰ ਅਸੀਂ ਸਾਰੇ ਮਿਲ ਕੇ ਘਰ ਦੀ ਹਰ ਇੱਕ ਵਸਤੂ ਨੂੰ ਸਾਫ਼ ਕਰਕੇ ਸਹੀ ਜਗ੍ਹਾ 'ਤੇ ਰੱਖਦੇ ਹਾਂ। ਮੇਜ਼ 'ਤੇ ਫੁੱਲਾਂ ਅਤੇ ਪੱਤਿਆਂ ਨਾਲ ਗੁਲਦਸਤਾ ਵੀ ਬਣਾ ਕੇ ਰੱਖਦੇ ਹਾਂ। ਅਸੀਂ ਘਰ ਦਾ ਕੂੜਾ ਕਰਕਟ ਇੱਕ ਕੂੜਾਦਾਨ ਵਿੱਚ ਪਾਉਂਦੇ ਹਾਂ। ਬੱਚੋ, ਤੁਸੀਂ ਵੀ ਜਮਾਤ ਵਿੱਚ ਕਾਗਜ਼ ਜਾਂ ਪੈਨਸਲਾਂ ਦੇ ਛਿਲਕੇ ਕੂੜਾਦਾਨ ਵਿੱਚ ਹੀ ਪਾਇਆ ਕਰੋ। ਮੇਰੀ ਦੋਸਤ ਨਿਸ਼ਾ ਦਾ ਘਰ ਵੀ ਸਾਡੇ ਘਰ ਦੇ ਨੇੜੇ ਹੈ। ਉਹ ਰਾਜਸਥਾਨ ਦੇ ਰਹਿਣ ਵਾਲੇ ਹਨ। ਉਹ ਫਰਸ਼ 'ਤੇ ਵੱਖ ਵੱਖ ਰੰਗਾਂ ਨਾਲ ਰੰਗੋਲੀ ਬਣਾ ਕੇ ਘਰ ਨੂੰ ਸਜਾਉਂਦੇ ਹਨ। ਉਸ ਦੇ ਭਰਾ ਦੇ ਜਨਮਦਿਨ 'ਤੇ ਉਹਨਾਂ ਨੇ ਗੁਬਾਰਿਆਂ ਅਤੇ ਰੰਗ ਬਿਰੰਗੇ ਕਾਗਜ਼ ਦੀਆਂ ਲੜੀਆਂ ਨਾਲ ਘਰ ਨੂੰ ਸਜਾਇਆ ਸੀ। ਕਿਰਿਆ ਨੰਬਰ 3, ਵੱਖ ਵੱਖ ਮੌਕਿਆਂ 'ਤੇ ਘਰਾਂ ਦੀ ਸਜਾਵਟ ਕਰਨ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ। ਬੱਚਿਓ, ਇਸ ਵਿੱਚ ਤੁਸੀਂ ਗੁਬਾਰੇ, ਫੁੱਲ, ਰੰਗੋਲੀ ਦੇ ਵੱਖ ਵੱਖ ਰੰਗ ਅਤੇ ਰੰਗ ਬਿਰੰਗੇ ਕਾਗਜ਼ ਸ਼ਾਮਲ ਕਰ ਸਕਦੇ ਹਾਂ। ਅਧਿਆਪਕ, ਕੀ ਸਾਡੇ ਘਰਾਂ ਵਿੱਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਹੋਰ ਵੀ ਰਹਿੰਦਾ ਹੈ? ਬੰਟੀ, ਸਾਡੇ ਘਰ ਵਿੱਚ ਕੁੱਤਾ ਵੀ ਰਹਿੰਦਾ ਹੈ। ਇਹ ਮੇਰਾ ਦੋਸਤ ਹੈ ਅਤੇ ਮੈਂ ਉਸ ਨਾਲ ਬਹੁਤ ਖੇਡਦਾ ਹਾਂ। ਅਧਿਆਪਕ, ਬੇਟਾ, ਗਾਂ, ਮੱਝ, ਕੁੱਤਾ, ਬਲਦ, ਊਠ, ਮੁਰਗੀਆਂ ਅਤੇ ਬੱਕਰੀਆਂ ਵਰਗੇ ਜਾਨਵਰ ਵੀ ਸਾਡੇ ਨਾਲ ਰਹਿੰਦੇ ਹਨ। ਅਸੀਂ ਇਹਨਾਂ ਦੀ ਪਰਿਵਾਰ ਦੇ ਹੋਰ ਮੈਂਬਰਾਂ ਵਾਂਗ ਹੀ ਦੇਖਭਾਲ ਕਰਦੇ ਹਾਂ। ਇਹ ਸਭ ਪਾਲਤੂ ਜਾਨਵਰ ਹਨ। ਯਾਦ ਰੱਖਣ ਯੋਗ ਗੱਲਾਂ, ਘਰ ਸਾਨੂੰ ਗਰਮੀ, ਸਰਦੀ, ਮੀਂਹ, ਹਨੇਰੀ, ਜੰਗਲੀ ਜਾਨਵਰਾਂ ਆਦਿ ਤੋਂ ਬਚਾਉਂਦਾ ਹੈ। ਘਰ ਕਈ ਕਿਸਮਾਂ ਦੇ ਹੁੰਦੇ ਹਨ, ਪੱਕਾ ਘਰ, ਕੱਚਾ ਘਰ, ਅਸਥਾਈ ਘਰ। ਪੱਕੇ ਘਰ ਦੀਆਂ ਇੱਟਾਂ
ਸੀਮਟ, ਲੋਹਾ, ਪੱਥਰ ਆਦਿ ਸਮੱਗਰੀ ਵਰਤੀ ਜਾਂਦੀ ਹੈ। ਕੱਚੇ ਘਰ ਲਈ ਗਾਰਾ, ਕਾਫੂਸ ਅਤੇ ਲੱਕੜ ਆਦਿ ਸਮੱਗਰੀ ਵਰਤੀ ਜਾਂਦੀ ਹੈ। ਇੱਕ ਚੰਗਾ ਘਰ ਸਾਫ਼ ਸੁਥਰਾ ਅਤੇ ਹਵਾਦਾਰ ਹੁੰਦਾ ਹੈ। ਕੂੜਾ ਕਰਕਟ ਹਮੇਸ਼ਾ ਕੂੜਾਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 4, ਤੁਸੀਂ ਕਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹੋ? ਅਸੀਂ ਪੱਕੇ ਘਰ ਵਿੱਚ ਰਹਿੰਦੇ ਹਾਂ। ਪ੍ਰਸ਼ਨ ਨੰਬਰ 5, ਕੀ ਤੁਹਾਡੇ ਘਰ ਵਿੱਚ ਕੋਈ ਪਾਲਤੂ ਜਾਨਵਰ ਹੈ? ਜੇ ਹੈ ਤਾਂ ਉਸ ਦਾ ਨਾਂ ਲਿਖੋ। ਸਾਡੇ ਘਰ ਵਿੱਚ ਪਾਲਤੂ ਜਾਨਵਰ ਕੁੱਤਾ ਹੈ, ਉਸ ਦਾ ਨਾਂ ਸ਼ੇਰੂ ਹੈ। ਨੰਬਰ 6, ਖਾਲੀ ਥਾਵਾਂ ਭਰੋ। ਊੜਾ, ਅਸੀਂ ਜਿੱਥੇ ਰਹਿੰਦੇ ਹਾਂ ਉਸ ਨੂੰ ਡੈਸ਼ ਕਹਿੰਦੇ ਹਨ। ਘਰ, ਐੜਾ, ਸ਼ੁਰੂ ਵਿੱਚ ਮਨੁੱਖ ਡੈਸ਼ ਵਿੱਚ ਰਹਿੰਦਾ ਸੀ। ਜੰਗਲਾਂ, ਈੜੀ, ਘਰਾਂ ਵਿੱਚ ਡੈਸ਼ ਅਤੇ ਰੋਸ਼ਨਦਾਨ ਜ਼ਰੂਰ ਹੋਣੇ ਚਾਹੀਦੇ ਹਨ। ਖਿੜਕੀਆਂ, ਸੱਸਾ, ਸਾਡਾ ਘਰ ਡੈਸ਼ ਹੋਣਾ ਚਾਹੀਦਾ ਹੈ, ਸਾਫ਼ ਸੁਥਰਾ। ਹਾਹਾ, ਕੱਚਾ ਘਰ ਮਿੱਟੀ ਅਤੇ ਡੈਸ਼ ਤੋਂ ਬਣਿਆ ਹੁੰਦਾ ਹੈ। ਗਾਰੇ। ਨੰਬਰ 7, ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਊੜਾ, ਇੱਕ ਚੰਗਾ ਘਰ ਹੁੰਦਾ ਹੈ ਸਾਫ਼ ਸੁਥਰਾ ਅਤੇ ਹਵਾਦਾਰ। ਐੜਾ, ਕੱਚਾ ਘਰ ਬਣਾਇਆ ਜਾਂਦਾ ਹੈ ਕਾਫੂਸ, ਗਾਰਾ ਅਤੇ ਲੱਕੜੀ ਆਦਿ। ਈੜੀ, ਖਾਨਾ ਬਦੋਸ਼ ਦੇ ਘਰ ਹੁੰਦੇ ਹਨ, ਅਸਥਾਈ ਘਰ। ਸੱਸਾ, ਕੂੜਾ ਕਰਕਟ ਸੁੱਟਣਾ ਚਾਹੀਦਾ ਹੈ ਕੂੜੇਦਾਨ ਵਿੱਚ। ਹਾਹਾ, ਘਰ ਬਣਾਉਣ ਵਾਲੇ ਨੂੰ ਕਹਿੰਦੇ ਹਨ ਮਿਸਤਰੀ। ਨੰਬਰ 8, ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਊੜਾ, ਪੱਕਾ ਘਰ ਕਾਫੂਸ ਦਾ ਬਣਿਆ ਹੁੰਦਾ ਹੈ। ਗਲਤ, ਐੜਾ, ਕੱਚੇ ਘਰ ਠੰਡੇ ਹੁੰਦੇ ਹਨ। ਸਹੀ, ਈੜੀ, ਸਿਪਾਹੀ ਕੈਂਪ ਲਾਉਣ ਸਮੇਂ ਪੱਕੇ ਘਰਾਂ ਵਿੱਚ ਰਹਿੰਦੇ ਹਨ। ਗਲਤ, ਸੱਸਾ, ਹਾਊਸ ਬੋਟ ਪਾਣੀ ਉੱਪਰ ਤੈਰਨ ਵਾਲਾ ਘਰ ਹੁੰਦਾ ਹੈ। ਸਹੀ, ਹਾਹਾ, ਘਰ ਬਣਾਉਣ ਵਿੱਚ ਕਈ ਲੋਕ ਸਾਡੀ ਮਦਦ ਕਰਦੇ ਹਨ। ਸਹੀ। ਨੰਬਰ 9, ਮਿਲਾਣ ਕਰੋ। ਬੱਚੋ, ਜਾਨਵਰਾਂ ਨੂੰ ਉਹਨਾਂ ਦੇ ਰਹਿਣ ਦੀ ਥਾਂ ਨਾਲ ਮਿਲਾਵਾਂਗੇ। ਸ਼ੇਰ, ਗੁਫਾ, ਚੂਹਾ, ਖੁੱਡ, ਘੋੜਾ, ਤਬੇਲਾ, ਮੱਛੀ, ਪਾਣੀ, ਮੱਝ, ਵਾੜਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।